स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट राजीव पास्कर। पास्कर साहब वेलकम। बहुत बहुत शुक्रिया रंधावा जी। पास्कर साहब, साडी लगदी किसे ना वेखी ते टुटदी नूं जग जाणदा है, यारी लगी ते लवा ले तख्ते ते टुटी ते चगाठ पटती। गल ऐ हुंदी आ जदों जनतक हुंदी आ। केजरीवाल साहब सिद्धू दे नाल हुण उस पेज ते है नहीं जिहदे ते जिक्र करदे रहे आं। हुण गल मुक गई, जदों गल मुक गई फिर लड्डू भी मुक जांदे आ। इधरले बन्ने पंथक सफां च खुशी पाई जा रही आ। 100 साल पुरानी पंथक पार्टी एक बार फिर जड़ां वल मुड़ी आ, फिर आसरे की लोड़ आ, फिर पंथ की लोड़ आ, फिर रवायतां नूं हथ पाउणा पिया। आखिर टुटे जाके जुड़दे उदों ही आ जदों फिर धू पैंदी आ, धा पैंदी आ। अज जथेदार अकाल तख्त साहब भी कहिंदे आ कि इदां नहीं चाहीदा। अज सुखबीर सिंह बादल कहिंदे कि जान दी वारी सिरसा रोंदा सी, अखे मेरे नाल ज्यादती होण लगी आ, डर जेल दा है, मैनूं अंदर दे देणगे, जाणा पैणा, अकाली दल छड्डणा पैणा। ते फिर जदों इस तों 2 कदम अगे जाओगे, एक दर्द होर छलकिया, उह आ मुख मंत्री चरणजीत सिंह चन्नी दा। एक ऐलान तों बाद दूजे ऐलान तक दा सफर तय करदे करदे चन्नी पछां मुड़े, कट्ठे सारे ऐलान गणाए, यह दस्या कि मैनूं सब याद है और मैं सब करदा आ रहा। ऐलान जीत नहीं आ, विश्वास जीत आ। करो विश्वास, होर तुहाडे कोल चारा कोई नहीं। इलैक्शन दा दौर आ, गरंटियां दा दौर आ। राजा वड़िंग कहिंदे मेरे तो आखिरी गरंटी लै लो कि केजरीवाल साहब आम आदमी पार्टी नूं लोक हूंज देणगे 2022 च। गल्लां बथेरियां ने, जिधरों मर्जी तोर लो। अकाली दल दा प्रेस नोट, अकाली दल दी स्टेटमेंट बड़ी जबरदस्त आ, सारी पढ़न नूं दिल करदा है, इबारत बहुत सोहणी आ। चलो एक वारी फिर कोई अपने घर नूं मुड़िया होवे उहदा वेलकम, उहदा खैर मकदम करना बणदा है। पर अफसोस, ये खैर मकदम करन वाले उत्थे हैगे आ जे कि नहीं, ये देखना बणदा है। खाली घरां च परतियां नूं कौण फड़दा है, याद करदा? उह कहिंदे हुंदे ना, माना मर जाणा, पिछे यादां रहि जाणियां। भास्कर साहब मैनूं जरूर दस्सिओ, आ केजरीवाल साहब दा दर्द क्यों छलक पिया? आखे हुण सिद्धू लगदा उत्थे ही टिकणगे, नहीं मुड़दे। गल टुट गई ते गल टुटणी हुंदी आ ਜਦੋਂ ਰਿਸ਼ਤੇ ਹੀ ਇੱਦਾਂ ਦੇ ਹੋਣ। ਕੀ ਕਹਿੰਦੇ ਰੰਧਾਵਾ ਜੀ, ਜਿੱਥੇ ਤੱਕ ਆਮ ਆਦਮੀ ਪਾਰਟੀ ਜਾਂ ਕੇਜਰੀਵਾਲ ਦੀ ਗੱਲ ਹੈਗੀ ਹੈ ਜੀ, ਮੇਰੇ ਖਿਆਲ ਨਾਲ 2 ਜਾਂ 3 ਮਹੀਨੇ ਹੋ ਗਏ ਜਦ ਉਹਨਾਂ ਨੇ ਕਿਹਾ ਸੀ ਬੜੀ ਛੇਤੀ ਪੰਜਾਬ ਦੇ ਵਿੱਚ ਤੁਹਾਨੂੰ ਇੱਕ ਸਿੱਖ ਚਿਹਰਾ ਬਤੌਰ ਸੀਐਮ ਪ੍ਰੋਜੈਕਟ ਕਰਕੇ ਦੇਵਾਂਗੇ। ਉਹ 3 ਮਹੀਨੇ ਤੋਂ ਵਾਲ ਤੇ ਕੇਸ਼ ਵਧਾ ਲਏ ਭਗਵੰਤ ਮਾਨ ਨੇ, ਪੱਗ ਵੀ ਸੋਹਣੀ ਬੰਨੀ ਸ਼ੁਰੂ ਕੀਤੀ, ਪਰ ਹਜੇ ਤੱਕ ਸੀਐਮ ਦਾ ਚਿਹਰਾ ਐਲਾਨਿਆ ਨਹੀਂ ਗਿਆ। ਭਾਵੇਂ ਅੱਜ ਜਦ ਕੇਜਰੀਵਾਲ ਪਠਾਨਕੋਟ ਦੇ ਵਿੱਚ ਤਿਰੰਗਾ ਯਾਤਰਾ ਕੱਢ ਰਹੇ ਸੀ ਤੇ ਉਹਦੇ ਵਿੱਚ ਨਾਲ ਉਹਨਾਂ ਦੇ ਭਗਵੰਤ ਮਾਨ ਦੇਖੇ ਤੇ ਗਏ, ਪਰ ਅੱਜ ਵੀ ਉਹਨਾਂ ਦੀ ਆਸ ਹੀ ਰਹਿ ਗਈ ਜਦ ਉਹਨਾਂ ਨੇ ਉਹਨਾਂ ਦੇ ਬਾਰੇ 'ਚ ਕੁਝ ਨਹੀਂ ਕਿਹਾ। ਹਾਂ, ਜਿਹੜੀ ਗੱਲ ਸਿੱਧੂ ਉਹਨਾਂ ਦੀ ਆਸ ਕੇਜਰੀਵਾਲ ਉਹਨਾਂ ਨੂੰ ਸੀ, ਉਹਨਾਂ ਨੇ ਆਪ ਇੱਕ ਟੀਵੀ ਚੈਨਲ ਦੇ ਡਿਬੇਟ ਦੇ ਵਿੱਚ ਇਹ ਗੱਲ ਮੰਨੀ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਸੀਗੀ, ਪਰ ਹੁਣ ਮੁੱਕ ਗਈ। ਹੁਣ ਨਵਜੋਤ ਸਿੰਘ ਸਿੱਧੂ ਉਹਨਾਂ ਆਮ ਆਦਮੀ ਪਾਰਟੀ 'ਚ ਨਹੀਂ ਆਉਣਗੇ। ਉਹ ਆਪਣੀ ਪੇਰੈਂਟ ਪਾਰਟੀ ਮਤਲਬ ਕਾਂਗਰਸ ਦੇ ਵਿੱਚ ਖੁਸ਼ ਨੇ। ਮੈਨੂੰ ਇਹ ਲੱਗਦਾ ਕਿ ਇਹ ਫੈਸਲਾ ਰਾਹੁਲ ਗਾਂਧੀ ਤੋਂ ਮਿਲਣ ਤੋਂ ਬਾਅਦ ਸਿੱਧੂ ਉਹਨਾਂ ਨੇ ਕੀਤਾ, ਔਰ ਕਾਂਗਰਸ ਦੇ ਵਿੱਚ ਸਿੱਧੂ ਉਹਨਾਂ ਨੂੰ ਵੀ ਸ਼ਾਇਦ ਕੋਈ ਆਪਣਾ ਫਿਊਚਰ ਵਧੀਆ ਲੱਗਦਾ ਹੈ, ਜਿਹਦੇ ਕਰਕੇ ਕੇਜਰੀਵਾਲ ਉਹਨਾਂ ਨੂੰ ਨਾ ਕਰ ਦਿੱਤੀ ਗਈ। ਪਰ ਨਾਲ ਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਕਹੀ ਕੇਜਰੀਵਾਲ ਨੇ ਕਿ ਪੂਰਵ ਅਧਿਆਕਸ਼ ਉਹ ਵੀ ਪਾਰਟੀ ਛੱਡਣਾ ਚਾਹੁੰਦੇ ਨੇ, ਯਾਨੀ ਇਨਡਾਇਰੈਕਟਲੀ ਜਾਖੜ ਸਾਹਿਬ ਦਾ ਜ਼ਿਕਰ ਕਰ ਰਹੇ ਸੀਗੇ ਕਿ ਉਹ ਵੀ ਸ਼ਾਇਦ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ 'ਚ ਜੁਆਇਨ ਕਰ ਸਕਦੇ ਨੇ, ਜਿਹਦੇ ਕਰਕੇ ਰਾਹੁਲ ਗਾਂਧੀ ਜਾਂ ਪਾਰਟੀ ਹਾਈਕਮਾਨ ਨੇ ਜਾਖੜ ਉਹਨਾਂ ਨੂੰ ਵੀ ਦਿੱਲੀ ਸੱਦਿਆ ਸੀਗਾ ਜਦ ਕੱਲ੍ਹ ਪਰਸੋਂ ਮੀਟਿੰਗ ਚੱਲ ਰਹੀ ਸੀਗੀ। ਹੁਣ ਸਿੱਧੂ ਉਹਨਾਂ ਦਾ ਆਮ ਆਦਮੀ ਪਾਰਟੀ 'ਚ ਆਉਣਾ ਲੱਗਦਾ ਨਹੀਂ ਕਿ ਪੋਸੀਬਲ ਹੈਗਾ। ਅੱਗੇ ਕਿਹੜਾ ਚਿਹਰਾ, ਕਿਹੜੇ ਚਿਹਰੇ ਨੂੰ ਆਮ ਆਦਮੀ ਪਾਰਟੀ ਪ੍ਰੋਜੈਕਟ ਕਰੇਗੀ ਉਹਦੇ ਵਾਸਤੇ ਹਜੇ ਹੋਰ ਵੇਟ ਕਰਨੀ ਪਏਗੀ। ਪਰ ਫਿਲਹਾਲ ਜਿਹੜੀ ਲੜਾਈ ਦਿਖ ਰਹੀ ਹੈ ਪੰਜਾਬ ਦੇ ਵਿੱਚ, ਜਿਹੜੀ ਪੋਲੀਟੀਕਲ ਵਾਰ ਦਿਖ ਰਹੀ ਹੈ, ਉਹ ਆਪਣੇ ਆਪ ਵਿੱਚ ਆਮ ਆਦਮੀ ਪਾਰਟੀ ਔਰ ਦੂਜੇ ਪਾਸੇ ਕਾਂਗਰਸ ਉਹਨਾਂ ਦੇ ਵਿੱਚ ਨਜ਼ਰ ਆ ਰਹੀ ਹੈ। ਔਰ ਅਕਾਲੀ ਦਲ ਕਿਸੇ ਨਾ ਕਿਸੇ ਜਗ੍ਹਾ ਜਾਣ ਬੁੱਝ ਕੇ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਇਸ ਲੜਾਈ ਦੇ ਵਿੱਚ ਹੀ ਨਜ਼ਰ ਆ ਰਿਹਾ, ਕਿਉਂਕਿ ਜਿਹੜੇ ਸਟੇਟਮੈਂਟ ਵੀ ਭਾਵੇਂ ਕਾਂਗਰਸ ਦੇ ਰਹੀ ਹੈ ਉਹ ਆਮ ਆਦਮੀ ਪਾਰਟੀ ਦੇ ਖਿਲਾਫ਼ ਦੇ ਰਹੀ ਹੈ, ਔਰ ਆਮ ਆਦਮੀ ਪਾਰਟੀ ਵੀ ਤਲਖੀ ਦਿਖਾ ਰਹੀ ਹੈ, ਉਹ ਕਾਂਗਰਸ ਦੇ ਪ੍ਰਤੀ ਦਿਖਾ ਰਹੀ ਹੈ। ਦੋਨੋਂ ਪਾਰਟੀਆਂ ਅਕਾਲੀ ਦਲ ਦਾ ਜ਼ਿਕਰ ਘੱਟ ਤੋਂ ਘੱਟ ਕਰ ਰਹੀ ਹੈ,
कई बार हुंदा पॉलिटिक्स दे विच कि जब तुसी किसी दा जिक्र ही ना करो, इग्नोर कर दो, ते वो आपे ही उस रेस तो बाहर हो जाता है। मैनूं लगता है कि इस राजनीति दे अंतर्गत यह लड़ाई आम आदमी पार्टी वर्सिज कांग्रेस बन के उभर रही है। अगे कित्थे तक जाती है, किदां जिहड़े अकाली दल दे विच एंट्री मारदा है, हजे भाजपा ते पार्टी शुरू कीती है उन्होंने सिरसे दे ज्वाइन करन तों बाद, कैप्टन अमरिंदर सिंह दे इस ऐलान करन तों बाद कि आने वाले टाइम विच ओह अपना सीट शेयरिंग अरेंजमेंट ओह भाजपा नाल करनगे, उहदे बाद हुण की रंग नवे भाजपा नाल जुड़दे ने, इह भी बड़ी इंट्रस्टिंग गल होएगी कि जदों जदों भाजपा का जिहड़ा ट्रक है भरदा नजर आएगा और किन्नी कु तवज्जो कैप्टन अमरिंदर सिंह नूं मिलदी है, सिरसे उहनां दा पंजाब दे इलैक्शन दे विच की रोल होना है और होर किहड़े किहड़े आगू हैगे ने जिन्हां दी बाह मरोड़ के बीजेपी, क्योंकि बाह मरोड़ के मैं इस करके कह रहा क्योंकि अकाली दल ने ही एलीगेशन लाया है कि सिरसे उन्हां नूं डरा धमका के उन्होंने भाजपा दे विच शामिल किया। मैं आई ऑब्जेक्ट, मैं एक क्योंकि मेरे को एक फैक्ट आ बड़ा दिलचस्प आ और ये अज ही मैनू बड़ी दिलचस्पी नाल दस्या गया। मैनू कहा गया कि तुसी बहुत अंदर वड़न की कोशिश करते हो, उपर उपर तर की चीज तो फड़ी गई नहीं, चुप्पी मार के की कट लियाओगे। मैनू चंगा लग्या सुनना, अपनी आलोचना सुन के स्वाद आउंदा है। ते मैनू जिहड़ा तथ दस्या गया, कहिंदे जी राज्यसभा दे विच 12 लोग सस्पेंड करते, लेकिन ओ व्यक्ति सस्पेंड नहीं किया जिन्हें पिछली बारी टेबल ते चढ़ के कागज जिन्ने सीगे ओ वगा मारे सी। सब तो अहम किरदार पिछली बार पार्लीमेंट च राज्यसभा दे विच प्रताप सिंह बाजवा दी एक्टिंग, प्रताप सिंह बाजवा दा एक्ट, प्रताप सिंह बाजवा दा सब तो अग्रेशन ओ इस वारी माफ करता गया, उहदा नां विच शामिल नहीं। जिहड़े 12 सस्पेंड कीते गए कोई होर ने, प्रताप सिंह बाजवा सस्पेंड नहीं कीते गए। ये चैक करो जरा कित्थे ने, मैं चैक नहीं कीता, असी प्रताप सिंह बाजवा बारे कुछ भी नहीं कहना, लेकिन सरदार प्रताप सिंह बाजवा बीजेपी दे नेड़े तो नहीं जा रहे किते किते। बाम रोड दे नालों जफी वाला भी फार्मूला चल जांदा है, ये देखण दीआं गल्लां ने। हुण गल ये बड़ी अहम आ कि जो वापर रहा उहदे विचों रणनीतिकार अकाली दल नूं जाणबुझ के साइड ते रख रहे आ, अकाली दल दा जिक्र ना होवे इह नीति च शामिल हो सकदा है। लड़ाई सिद्धी कीती जा रही है, लेकिन दो तिरां दी लड़ाई सिद्धे करदे करदे जिवें प्रगट सिंह सिसोदिया, केजरीवाल चन्नी, राघव चड्डा चन्नी, ये सारियां गल्लां करदियां करदियां सिद्धू नूं पहलां दरकिनार करन दी कोशिश कीती गई। सिद्धू नाल सिद्धी लड़ाई नहीं विढ़ी गई क्योंकि उस लड़ाई ने तिखेपण च जाणा सी, तर्क ते जाणा सी, लाउड होणा सीगा। और दूजे बन्ने इस लड़ाई दे विचों अकाली दल नूं पासे रखण दी कोशिश होई आ, लेकिन एक धिर जिहड़ी अजे अपना जोर जो रही आ, बीजेपी जिन्हें अपनी गल शुरू कीती आ, अजे तुसी धिरां दी वंड नहीं कर सकदे, इह सियासी पार्टियां शायद नहीं समझ रहीआं। चन्नी नूं इह गल कह के अपनियां सफाईयां दे के डिफेंसिव होना पिया कि नहीं जो करदे आ। मैं थोनू याद होना एक तो वध वारी इह गल कही सी कि 78 ऐलान होया 78 उन्हां नूं 20,125 करोड़ दा अनुमान है खर्चियां लई, पैसे चाहिदे आ। इहदे उत्ते अज वी चन्नी साहब तसली बख्श जवाब नहीं दे सके, हालांकि उन्हां शायद 53 नोटिफिकेशन की गल कीती आ। मैं हुण तुहाडे वल इही जानण लई आउणा है कि जेकर लड़ाई सिद्धी हो रही आ तां इह दो धिरां जिहड़ियां धिरां एक अपने आप नूं पंथक वोट वल खिच के लैण जाण दी कोशिश कर रही आ, जिहड़ी सिखरली सत्ता नाल लड़न दी कोशिश कर रही आ, उह भास्कर साहब बड़ा दिलचस्प आ जिहड़ा स्टेटमेंट जारी होया। हालांकि मैनूं थोड़ा अजकल नेड़ियों पढ़ने च मुश्किल आ रही आ, उम्र असर कर रही है, लेकिन मैं फिर भी पढ़दा है। सुखबीर सिंह बादल कहिंदे आ, सानूं तां तशद्दद रास आउंदा है ते असीं तां हर वंगार विरुद्ध लड़न च आनंद महसूस करदे आ। उह कहिंदे आ सानूं भाजपा वल्लों नहीं, भाजपा वल्लों पंथ नूं दित्ती वंगार। ਇਹ ਹੁਣ ਉਹ ਕਹਿੰਦੇ ਸਾਨੂੰ ਨੀ ਪੰਥ ਨੂੰ ਵੰਗਾਰ ਦਿੱਤੀ ਆ, ਉਹ ਕਹਿੰਦੇ ਸਿਰਸਾ ਕਾਂਡ ਖਾਲਸਾ ਪੰਥ ਤੇ ਸਿੱਧਾ ਹਮਲਾ ਹੈ। ਅਕਾਲੀ ਦਲ ਵੱਲੋਂ ਕਿਸਾਨ ਮੁੱਦੇ ਤੇ ਅਸੂਲਾਂ ਤੋਂ ਥਿੜਕਣ ਤੋਂ ਇਨਕਾਰ ਕਰਨ ਤੇ ਭਾਜਪਾ ਦੀ ਇਹ ਬਦਲਾ ਲਊ ਕਾਰਵਾਈ ਆ। ਮੁਗਲਾਂ, ਅੰਗਰੇਜ਼ਾਂ ਤੇ ਕਾਂਗਰਸੀਆਂ ਤੋਂ ਬਾਅਦ ਹੁਣ ਭਾਜਪਾ ਪੰਥ ਵਿਰੁੱਧ ਸਾਜ਼ਿਸ਼ਾਂ ਕਰਨ ਤੇ ਉਤਰੀ ਆ। ਬਈ ਭਾਜਪਾ ਨੇ ਤਾਂ ਕਿਸਾਨਾਂ ਨਾਲ ਬਣਾ ਲਈ, ਉਹਨਾਂ ਨੇ ਤਾਂ ਉਹ ਲੜਾਈ ਦੇ ਵਿੱਚ ਗਿਵ ਅਪ ਕਰਤਾ, ਕਿਸਾਨੀ ਦੇ ਸਾਰੇ ਹੀ ਮਸਲੇ ਮੰਨਣ ਵੱਲ ਆ ਗਏ। ਲੜਾਈ ਤਾਂ ਹੁਣ ਕਿੱਥੇ ਜਾ ਕੇ ਪਈ ਆ, ਇਹ ਦੇਖਣ ਦੀ ਲੋੜ ਆ। ਬੜਾ ਹੀ ਦਿਲਚਸਪ ਹੈ, ਬੜਾ ਹੀ ਇਹ ਸਾਰਾ
ਮੈਨੂੰ ਲੱਗਦਾ ਅਸੀਂ ਇਹ ਇਹਦੀ ਜਿਹੜੀ ਜੇ ਮੈਨੂੰ ਇਹਦਾ ਕੋਈ ਲਿੰਕ ਮਿਲਿਆ ਮੈਂ ਥੱਲੇ ਪਾਊਂਗਾ, ਤੁਸੀਂ ਦੇਖ ਲਿਓ ਹੂਬ ਹੂ ਜੋ ਸਟੇਟਮੈਂਟ ਜਾਰੀ ਹੋਈ ਆ, ਬੜੀ ਜ਼ਬਰਦਸਤ ਇਬਾਰਤ ਆ। ਮੈਂ ਭਾਸਕਰ ਸਾਹਿਬ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਦੋਂ ਜਦੋਂ ਵੀ ਕਦੇ ਕਿਲੇ ਦੀ ਲੋੜ ਪਈ, ਘਰ ਕਿਲੇ ਹੁੰਦੇ ਆ, ਰਵਾਇਤਾਂ ਕਿਲੇ ਹੁੰਦੀਆਂ ਨੇ, ਕਿਲੇ ਵਿਰਾਸਤਾਂ ਹੁੰਦੀਆਂ ਨੇ, ਉਹਨਾਂ ਕਿਲਿਆਂ ਵੱਲ ਮੁੜਨ ਦੀ ਲੋੜ ਪੈ ਗਈ, ਇੱਕ ਵਾਰੀ ਫਿਰ ਸਵੈ ਮੁਲਾਂਕਣ ਦੀ ਲੋੜ ਪੈ ਗਈ, ਜਿਹਨੂੰ ਤੁਸੀਂ ਮੋਗੇ ਦੇ ਵਿੱਚ ਰੈਲੀ ਕਰਕੇ ਤੱਜ ਆਏ ਸੀ, ਜਿਹੜੀਆਂ ਪੰਥਕ ਰਵਾਇਤਾਂ ਤੋਂ ਖਹਿੜਾ ਛਡਾ ਕੇ ਤੁਸੀਂ ਪੰਜਾਬ ਦੀ ਪਾਰਟੀ ਬਣ ਗਏ ਸੀ, ਜਿਹਦੇ ਵਿੱਚ ਤੁਹਾਨੂੰ 100 ਸਮੱਸਿਆਵਾਂ ਦਿਸਦੀਆਂ ਸੀ, ਅੱਜ ਉਹਨਾਂ ਸਮੱਸਿਆਵਾਂ ਦੇ ਵਿੱਚੋਂ ਹੱਲ ਨਜ਼ਰ ਆਉਂਦਾ ਹੈ। ਇਹ ਬੜਾ ਵਕਤ ਜ਼ਾਲਮ ਹੈ, ਇਹ ਮੋੜ ਲਿਆਉਂਦਾ ਹੈ ਉਹਨਾਂ ਚੁਰਾਹਿਆਂ ਤੇ ਜਿਹਨਾਂ ਚੁਰਾਹਿਆਂ ਦੇ ਵਿੱਚ ਕਦੇ ਤੁਸੀਂ ਬਦਾਵਾ ਲਿਖ ਕੇ ਗਏ ਹੁੰਦੇ ਹੋ। ਮੈਂ ਫਿਰ ਮਾਫ਼ੀ ਮੰਗ ਲਵਾਂ, ਬਦਾਵਾ ਸ਼ਬਦ ਧਰਮ ਨਾਲ ਜਾਂ ਗੁਰੂ ਸਾਹਿਬ ਨਾਲ ਜੋੜ ਕੇ ਨਾ ਦੇਖਿਓ, ਇਹਨੂੰ ਕੰਡ ਕਰਨੀ ਕਹਿੰਦੇ ਆ, ਇਹਨੂੰ ਮੈਂ ਉਹ ਸ਼ਬਦ ਵਰਤਿਆ। ਕੀ ਕਹਿੰਦੇ ਹੋ ਭਾਸਕਰ ਸਾਹਿਬ? ਰੰਧਾਵਾ ਜੀ, ਪਹਿਲੇ ਤੇ ਤੁਸੀਂ ਜਿਹੜੀ ਗੱਲ ਬਾਜਵਾ ਸਾਹਿਬ ਦੀ ਕੀਤੀ ਨਾ, ਕਿ ਬਾਜਵਾ ਸਾਹਿਬ ਨੇ ਜਿਸ ਤਰੀਕੇ ਨਾਲ ਪਾਰਲੀਮੈਂਟ ਦੇ ਅੰਦਰ, ਲੋਕ ਸਭਾ ਦੇ ਅੰਦਰ, ਰਾਜ ਸਭਾ ਦੇ ਅੰਦਰ ਜਿਸ ਤਰੀਕੇ ਨਾਲ ਕਾਗਜ਼ ਫਾੜੇ ਸੀਗੇ ਔਰ ਉਹਨਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਹੋਇਆ, ਇਹਦੇ ਵਿੱਚ ਇੱਕ ਹੋਰ ਨਾਂ ਜੋੜ ਲਓ, ਉਹ ਸੀਗੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ, ਜਿਨ੍ਹਾਂ ਦੇ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਬੰਦੀ ਸੀਗੀ, ਪਰ ਉਹਨਾਂ ਨੂੰ ਵੀ ਸਸਪੈਂਡ ਨਹੀਂ ਕੀਤਾ ਗਿਆ, ਉਹ ਵੀ ਇਸ ਪੂਰੇ ਸ਼ੋਰ ਗੱਲੇ ਦੇ ਵਿੱਚ ਸਭ ਤੋਂ ਅੱਗੇ ਸੀਗੇ। ਹੁਣ ਬਾਜਵਾ ਸਾਹਿਬ ਵੀ ਚੁੱਪ ਨੇ ਔਰ ਸੰਜੇ ਸਿੰਘ ਵੀ, ਜਿਹੜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਿਛਲੇ 5 ਸਾਲ ਪਹਿਲੇ ਜਦ ਇਲੈਕਸ਼ਨ ਹੋਏ ਸੀਗੇ ਤਦ ਉਹ ਪੰਜਾਬ ਦੀ ਕਮਾਂਡ ਸਾਂਭਦੇ ਸੀਗੇ, ਅੱਜ ਉਹ ਪੰਜਾਬ ਦੇ ਇਲੈਕਸ਼ਨ 'ਚ ਕਿਸੇ ਜਗ੍ਹਾ ਨਜ਼ਰ ਨਹੀਂ ਆਉਂਦੇ, ਤੇ ਇਸ ਚੁੱਪੀ ਦੇ ਪਿੱਛੇ ਵੀ ਕੁਛ ਲੱਭਣ ਦੀ ਲੋੜ ਹੈ। ਹੁਣ ਗੱਲ ਰਹੀ ਸੁਖਬੀਰ ਬਾਦਲ, ਉਹਨਾਂ ਦੀ ਪੰਥ ਖਤਰੇ 'ਚ ਹੈ, ਵਾਕਈ ਪੰਥ ਖਤਰੇ 'ਚ ਹੈ, ਕਿਉਂਕਿ ਸਿਰਸਾ ਉਹਨਾਂ ਭਾਜਪਾ ਜੁਆਇਨ ਕਰ ਗਏ ਨੇ ਔਰ ਭਾਜਪਾ ਕੰਨ ਤੇ ਮੱਥੇ ਤੇ ਬੰਦੂਕ ਰੱਖ ਕੇ ਜਿਹੜਾ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜੁਆਇਨ ਕਰਾਇਆ, ਜੇਲ੍ਹ ਜਾਓ ਜਾਂ ਫਿਰ ਭਾਜਪਾ ਜੁਆਇਨ ਕਰਾਓ, ਤੇ ਪੰਥ ਤੇ ਖਤਰੇ 'ਚ ਹੈਗਾ। ਔਰ ਜਦ ਸੁਖਬੀਰ ਬਾਦਲ ਉਹਨਾਂ ਅੰਗਰੇਜ਼ਾਂ ਦੀ, ਮੁਗਲਾਂ ਦੀ ਗੱਲਾਂ ਕਰਦੇ ਹੈ ਕਿ ਪੰਥ ਕਿਸੇ ਦੇ ਸਾਹਮਣੇ ਝੁਕਿਆ ਨਹੀਂ, ਤੇ ਉਹ ਆਪਣੇ ਆਪ ਵਿੱਚ ਹੀ ਬੜੀ ਵਧੀਆ ਗੱਲਾਂ ਲੱਗਦੀ ਹੈ ਕਿ ਵਾਕਈ ਪੰਥ ਖਤਰੇ 'ਚ ਹੈ। ਤੇ ਹੁਣ ਸੁਖਬੀਰ ਬਾਦਲ ਜਿਹੜੇ 100 ਸਾਲ ਪੁਰਾਣੀ ਪਾਰਟੀ ਦੇ ਪ੍ਰਧਾਨ ਨੇ, ਤੇ ਉਹ ਇਸ ਪੰਥ ਦੇ ਉੱਤੇ ਆਏ ਹੋਏ ਖਤਰੇ ਤੋਂ ਜਾਂ ਖਤਰੇ ਨਾਲ ਲੜਨ ਵਾਸਤੇ ਤਿਆਰ ਨੇ, ਪਰ ਕੀ ਵਾਕਈ ਪੰਥ ਖਤਰੇ 'ਚ ਹੈ? ਸਿਰਸਾ ਉਹਨਾਂ ਦੇ ਜੁਆਇਨ ਕਰਨ ਤੋਂ ਬਾਅਦ ਕੀ ਪੰਥ ਖਤਰੇ 'ਚ ਹੈ? ਸਿਰਸਾ ਉਹਨਾਂ ਪੰਥ ਦੇ ਇੰਨੇ ਵੱਡੇ ਲੀਡਰ ਸੀਗੇ ਜੋ ਅਗਰ ਭਾਜਪਾ ਜੁਆਇਨ ਕਰ ਦਿੰਦੇ ਨੇ ਤੇ ਪੰਥ ਖਤਰੇ 'ਚ ਹੁੰਦਾ ਨਾ। ਪਰ ਨਾਲ ਦੇ ਨਾਲ ਇੱਕ ਹੋਰ ਗੱਲ ਸੁਣਨ ਵਾਲੀ ਹੈ, ਦੇਖਣ ਵਾਲੀ ਹੈਗੀ ਹੈ ਕਿ ਅਕਾਲੀ ਦਲ ਦੇ ਹੋਰ ਵੀ ਕਈ ਆਗੂ, ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਵੀ ਹੈਗੀ ਹੈ, ਉਹ ਵੀ ਭਾਜਪਾ ਦੇ ਨਾਲ ਟੱਚ 'ਚ ਹੈਗੇ ਨੇ ਔਰ ਬੜੀ ਛੇਤੀ ਪੰਥ ਨੂੰ ਹੋਰ ਖਤਰਾ ਪੈਦਾ ਹੋ ਸਕਦਾ ਜਦ ਉਹ ਵੀ ਅਕਾਲੀ ਆਗੂ ਪੰਥ ਨੂੰ ਛੱਡ ਕੇ ਉਹ ਭਾਜਪਾ ਦੀ ਝੋਲੀ 'ਚ ਬਹਿ ਜਾਣ। ਹਜੇ ਤੇ ਲੜਾਈ ਸ਼ੁਰੂ ਹੋਈ ਹੈ, ਹਜੇ ਤੇ ਭਾਜਪਾ ਨੇ ਆਪਣੀ ਚਾਲਾਂ ਚੱਲਣੀ ਸ਼ੁਰੂ ਕੀਤੀ ਹੈ, ਅੱਗੇ ਚੱਲ ਕੇ ਕਿੱਥੇ ਤੱਕ ਜਾਂਦੀ ਹੈ ਜੇ ਇਸ ਲੜਾਈ ਨੂੰ ਹਜੇ ਤੋਂ ਹੀ ਠੀਕ ਤਰੀਕੇ ਨਾਲ ਸੁਖਬੀਰ ਬਾਦਲ ਉਹਨਾਂ ਲੜਨਾ ਚਾਹੁੰਦੇ ਨੇ ਤੇ ਸਿਰਫ ਸਟੇਟਮੈਂਟ ਦੇ ਕੇ ਗੱਲ ਨਹੀਂ ਬਣਨੀ, ਔਰ ਅੱਗੇ ਚੱਲ ਕੇ ਇਸ ਪੰਥ ਦੀ ਲੜਾਈ ਨੂੰ ਪੰਥ ਦੇ ਵਿੱਚ ਸਹੀ ਤਰੀਕੇ ਨਾਲ ਲਿਜਾ ਕੇ ਜਿਹੜਾ ਪੰਥਿਕ ਆਧਾਰ ਤੁਸੀਂ ਖੋ ਚੁੱਕੇ ਹੋ ਉਸ ਪੰਥਿਕ ਆਧਾਰ ਨੂੰ ਵਾਪਿਸ ਪੈਦਾ ਕਰਕੇ ਫਿਰ ਤੁਸੀਂ ਇਸ ਲੜਾਈ ਨੂੰ ਲੜ ਸਕਦੇ ਹੋ। ਜੋ ਬੇਅਦਬੀਆਂ ਦੇ ਮੁੱਦੇ ਤੇ ਅੱਜ ਤੱਕ ਸੁਖਬੀਰ ਬਾਦਲ ਜਾਂ ਅਕਾਲੀ ਦਲ ਆਪਣੇ ਆਪ ਨੂੰ ਪਾਕ ਸਾਫ ਸਾਬਿਤ ਨਹੀਂ ਕਰ ਪਾਇਆ, ਔਰ ਦੂਜੇ ਪਾਸੇ ਕੋਰਟਾਂ ਦੇ ਵਿੱਚ ਜਿਹੜੀ ਲੜਾਈ ਚੜ੍ਹਦੀ ਹੈ ਜਾਂ ਚੱਲਦੀ ਹੈ ਉਹਦੇ ਵਿੱਚ ਵੀ ਦੂਜੀ ਅਪੋਜੀਸ਼ਨ ਪਾਰਟੀ, ਖੈਰ ਜਿਹੜੀ ਅੱਜ ਰੂਲਿੰਗ ਪਾਰਟੀ ਹੈ ਕਾਂਗਰਸ, ਉਹ ਕਈ ਵਾਰ ਇਹ ਇਲਜ਼ਾਮ ਲਾਉਂਦੇ ਨੇ ਕਿ ਵੀ ਉਹ ਬੇਅਦਬੀਆਂ ਦੇ ਪਿੱਛੇ ਬਾਦਲ ਸੀਗੇ। ਹੁਣ ਇਹਨਾਂ ਇਲਜ਼ਾਮਾਂ ਤੋਂ ਵੀ ਉਹਨਾਂ ਨੂੰ ਲੜਨਾ ਪਏਗਾ, ਪੰਥ ਖਤਰੇ 'ਚ ਹੈ, ਪੰਥ ਨੂੰ ਖਤਰੇ 'ਚੋਂ ਕੱਢਣਾ ਪਏਗਾ। ਉਹ ਇਹ ਲੜਾਈ ਕਿੱਦਾਂ ਲੜਦੇ ਨੇ ਇਹ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੇਗਾ, ਪਰ ਅੱਜ ਸੁਖਬੀਰ ਬਾਦਲ ਜਦ ਇਹ ਗੱਲ ਕਰਦੇ ਨੇ ਤੇ ਵਾਕਈ ਬੜਾ ਚੰਗਾ ਲੱਗਦਾ। ਭਾਸਕਰ ਸਾਹਿਬ, ਪੰਥ ਖਤਰੇ 'ਚੋਂ ਬਾਹਰ ਆਉਣ ਲਈ ਤਤਪਰ ਹੈ। ਮੈਂ ਜ਼ਿੰਮੇਵਾਰੀ ਨਾਲ ਇਹ ਗੱਲ ਕਹਿੰਦਾ ਹੈ ਕਿ ਉਹ ਸਮਾਂ ਆ ਗਿਆ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਵਾਗਡੋਰ ਸੰਭਾਲਣਗੇ, ਭਾਵੇਂ ਇਹਦੀ ਕੀਮਤ ਕਿਸੇ ਪੱਧਰ ਤੇ ਸੁਖਬੀਰ ਬਾਦਲ ਨੂੰ ਚੁਕਾਉਣੀ ਪਏਗੀ, ਕਿਉਂਕਿ ਲੋਕ ਕਹਿਣਗੇ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਸਾਂਭ ਨਹੀਂ ਹੋਇਆ, ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅੱਗੇ ਆਏ ਆ। ਇਹ ਇੱਕ ਥ੍ਰੈਟ ਵਾਂਗ ਵੀ ਹੋਏਗਾ ਅਕਾਲੀ ਦਲ ਲਈ, ਸ਼ਾਇਦ ਇਹਦੇ ਤੇ ਮੱਥਾ ਪੱਚੀ ਵੀ ਹੋਵੇ ਕਿ ਇਹਦਾ ਅਸਰ ਕਿੰਨਾ ਸੁਖਬੀਰ ਤੇ ਜਾਂਦਾ ਹੈ। ਲੇਕਿਨ ਕਿਸੇ ਮੌਕੇ ਦੇ ਉੱਤੇ ਆ ਕੇ ਇਹ ਲੀਡਰਸ਼ਿਪ, ਜਿਹੜੀ ਲੀਡਰਸ਼ਿਪ ਤੇ ਹਰਫ ਹੋਣੇ ਨੇ, ਉਹਦੇ ਸਮਾਨਾਂਤਰ ਇੱਕ ਨਵੀਂ ਲੀਡਰਸ਼ਿਪ, ਜਿਹੜੀ ਟਾਈਮ ਟੈਸਟਡ ਆ ਪ੍ਰਕਾਸ਼ ਸਿੰਘ ਬਾਦਲ ਦੀ ਲੀਡਰਸ਼ਿਪ, ਉਹਨੂੰ ਅੱਗੇ ਵਧਾਇਆ ਜਾਣਾ ਹੈ।
ਜਾਂ ਸਵੈ ਇੱਛਾ ਨਾਲ ਪ੍ਰਕਾਸ਼ ਸਿੰਘ ਬਾਦਲ ਇਹ ਐਲਾਨ ਕਰਨ ਵਾਲੇ ਆ? ਦਿਨ ਦੀ ਚੋਣ ਕੌਣ ਤੇ ਕਦੋਂ ਤੇ ਕਿਵੇਂ ਹੁੰਦੀ ਆ ਇਹ ਵੱਖਰਾ ਮਸਲਾ ਹੈ, ਪਰ ਮੈਂ ਆਪਣੇ ਦਰਸ਼ਕਾਂ ਨੂੰ ਇਹ ਦੱਸਦਿਆਂ ਕਿ ਹੁਣ ਉਹ ਮੌਕਾ ਆ ਚੁੱਕਿਆ ਜਦੋਂ, ਜੇ ਬਹੁਤ ਮੈਂ ਗਲਤ ਨਾ ਹੋਵਾਂ ਤੇ 14 ਦਸੰਬਰ ਨੂੰ ਕਿੱਲੀ ਚਾਲਾਂ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਐਲਾਨ ਕਰਨਗੇ ਕਿ ਮੈਂ ਤੁਹਾਡੇ ਏਡੇ ਵੱਡੇ ਇਕੱਠ ਨੂੰ ਦੇਖ ਕੇ ਮੈਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਜਵਾਨ ਸਮਝਦਾ ਹੈ, ਕੌਣ ਕਹਿੰਦਾ ਮੈਂ ਬੁੱਢਾ ਹੈ, ਕੋਈ ਮੇਰੇ ਨਾਲ ਕੰਮ ਕਰਕੇ ਵੇਖ ਲਏ ਸਵੇਰ ਤੋਂ ਦੇਰ ਸ਼ਾਮ ਤੱਕ, ਮੇਰੇ ਵਿੱਚ ਅਜੇ ਓਨਾ ਹੀ ਜੋਸ਼ ਆ, ਮੈਂ ਰਿਟਾਇਰ ਨਹੀਂ ਹੋਇਆ, ਮੈਂ ਆਪਣੀ ਆਖਰੀ ਸਾਹ ਤੱਕ ਇਸ ਪੰਥਕ ਪਾਰਟੀ ਦੇ ਲੇਖੇ ਲਾਊਂਗਾ, ਮੈਂ ਸਰਗਰਮ ਸਿਆਸਤ ਦੇ ਵਿੱਚ ਅੱਗੇ ਵਧਾਂਗਾ, ਮੈਂ ਤੁਹਾਡੇ ਨਾਲ ਪਹਿਲਾਂ ਵਾਂਗ ਹੀ ਖੜਾ ਹੈ ਤੇ ਅਸੀਂ ਜਿੰਨੇ ਵੀ ਜ਼ੁਲਮ ਆ ਉਹਨਾਂ ਦੇ ਟਾਕਰੇ ਲਈ ਸਾਰੇ ਰਲ ਕੇ ਲੜਾਈ ਲੜਾਂਗੇ। ਉੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਗਰਮ ਸਿਆਸਤ ਦਾ ਇੱਕ ਵਾਰੀ ਫਿਰ ਅਮਲ ਸ਼ੁਰੂ ਹੋ ਜਾਏਗਾ ਔਰ ਅਗਲੀ ਇਲੈਕਸ਼ਨ ਤੋਂ ਪਹਿਲਾਂ ਉਹ ਲੀਡ ਕਰਦੇ ਨਜ਼ਰ ਆਉਣਗੇ। ਅਕਾਲੀ ਦਲ ਇੱਕ ਵਾਰੀ ਫਿਰ ਪੰਥਕ ਸਫਾਂ ਦੇ ਵਿੱਚ ਘੁਸਪੈਠ ਦਾ ਕੋਸ਼ਿਸ਼ ਕਰੇਗਾ ਔਰ ਵੱਡੀ ਗੱਲ ਨਹੀਂ ਕਿ ਜਦੋਂ ਸਾਰੀ ਦੀ ਸਾਰੀ ਲੜਾਈ ਆ ਕੇ ਹੋਰ ਮੁੱਦਿਆਂ ਤੇ ਸਿਮਟ ਰਹੀ ਆ ਉਦੋਂ ਫਿਰ ਇੱਕ ਵਾਰੀ ਉਹ ਜਿਹੜੀ ਸਿੱਖ ਵੋਟ ਜਾਂ ਸਿੱਖ ਤਰਜਮਾਨੀ ਦੀ ਗੱਲ ਆ ਉਹਨੂੰ ਹਲੋਣਾ ਦੇਣ ਦੀ ਕੋਸ਼ਿਸ਼ ਹੋਊਗੀ। ਭਾਸਕਰ ਸਾਹਿਬ, ਇਹ ਗੱਲਾਂ ਨਹੀਂ, ਇਹ ਉਹ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਮਝਣ ਦਾ ਯਤਨ ਕਰੋਗੇ, ਅੰਦਰ ਅੰਦਰ ਡੂੰਘੇ ਉਤਰੋਗੇ, ਤੁਹਾਨੂੰ ਸਮਝ ਆਉਂਦੀਆਂ ਜਾਣਗੀਆਂ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੁਛ ਤਰ੍ਹਾਂ ਦੀ ਸਰਗਰਮੀ ਔਰ ਹੋਏ ਤਾਜ਼ਾ ਹਮਲੇ, ਇਹਨਾਂ ਦਾ ਜਵਾਬ ਦੇਣ ਲਈ ਉਹ ਜਿਹੜੀ 5 ਵਾਰ ਦੇ ਮੁੱਖ ਮੰਤਰੀ ਦੀ ਰਣਨੀਤੀ ਆ, ਜਿਹੜੀ 60 ਸਾਲ ਦੀ ਅਕਾਲੀ ਸਿਆਸਤ ਦੀ ਤਜੁਰਬੇਕਾਰੀ ਆ, ਅਨੁਭਵ ਹੈ, ਉਹਦੇ ਅੱਗੇ ਆਏ ਬਿਨਾਂ ਹੁਣ ਕੱਲ ਬਣਨੀ ਨਹੀਂ, ਇਹ ਕੰਮ ਰਾਸ ਨਹੀਂ ਆਉਣੇ ਔਰ ਸ਼ਾਇਦ ਸਭ ਤੋਂ ਸੌਖਿਆਂ ਪਰਿਵਾਰ ਦੇ ਵਿੱਚ ਪ੍ਰਵਾਨ ਕੀਤੀ ਜਾਣ ਵਾਲੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਦੀ ਆ। ਕੋਈ ਵੀ ਆਪਣੇ ਬਾਪ ਨੂੰ ਦਰਕਿਨਾਰ ਨਹੀਂ ਕਰਦਾ, ਬਾਪ ਦੀ ਅਗਵਾਈ 'ਚ ਕੰਮ ਕਰਨਾ ਔਖਾ ਨਹੀਂ ਹੁੰਦਾ, ਲੇਕਿਨ ਚਿਹਰਾ ਇੱਕ ਵਾਰੀ ਮੁੜ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਗੇ ਆਉਣ ਦੀ ਸੰਭਾਵਨਾ ਪੂਰੀ ਤਰ੍ਹਾਂ ਬਣ ਗਈ ਆ। ਇਹ ਕਦੋਂ ਹੁੰਦਾ ਇਹ ਦੇਖਣਾ ਬਣਦਾ, ਪਰ ਸੰਭਾਵਿਤ ਤੌਰ ਤੇ ਕਿੱਲੀ ਚਾਲਾਂ ਨੂੰ ਧਿਆਨ 'ਚ ਰੱਖਿਆ ਜਾ ਰਿਹਾ 14 ਦਸੰਬਰ ਨੂੰ। ਵੱਡੀ ਗੱਲ ਨਹੀਂ ਕਿ ਜੇ ਬਹੁਤ ਜ਼ਿਆਦਾ ਲੋੜ ਮਹਿਸੂਸ ਕੀਤੀ ਗਈ ਤਾਂ ਇਹ 2-4 ਦਿਨ ਦੇ ਵਿੱਚ ਵੀ ਸੰਭਵ ਹੋਊਗਾ, ਇਹ ਸਾਰੀਆਂ ਸੰਭਾਵਨਾਵਾਂ ਮੌਜੂਦ ਆ। ਮੈਂ ਹੁਣ ਜਾਂਦੇ ਜਾਂਦੇ ਤੁਹਾਥੋਂ ਇਹ ਪੁੱਛਣਾ ਹੈ, ਜੀ ਜੀ ਜੀ, ਜਿਹੜੀ ਤੁਸੀਂ ਗੱਲ ਕਹਿ ਰਹੇ 2-4 ਦਿਨ ਪਹਿਲੇ ਵੀ ਇਹਦੀ ਸੰਭਾਵਨਾ ਹੈਗੀ ਹੈ, ਉਹਦੇ ਵਿੱਚ 8 ਦਸੰਬਰ ਨੂੰ ਬਾਦਲ ਸਾਹਿਬ ਦਾ ਬਰਥਡੇ ਹੈਗਾ ਔਰ 8 ਦਸੰਬਰ ਨੂੰ ਉਹ ਜ਼ਿੰਦਗੀ ਦਾ ਇੱਕ ਹੋਰ ਵਰਾ ਪੂਰੇ ਕਰ ਚੁੱਕੇ ਹੋਣਗੇ ਔਰ ਇਸ ਤਰ੍ਹਾਂ ਦੀ ਕੋਈ ਅਨਾਊਂਸਮੈਂਟ ਕਿ ਹਜੇ ਵੀ ਮੈਂ ਜਦ ਪੰਥ ਖਤਰੇ 'ਚ ਹੋਵਾਂ ਅਤੇ ਲੜਨ ਵਾਸਤੇ ਤਿਆਰ ਹਾਂ, ਇਹ ਜਿਹੜੀ ਅਨਾਊਂਸਮੈਂਟ ਹੈਗੀ ਹੈ, ਇਹ ਜਿਹੜੇ ਬਾਦਲ ਸਾਹਿਬ ਦਾ ਰਾਜਨੀਤੀ ਦੇ ਵਿੱਚ ਐਕਟਿਵ ਤਰੀਕੇ ਨਾਲ ਦੁਬਾਰਾ ਆਉਣਾ, ਇਹ ਅਨਾਊਂਸਮੈਂਟ 8 ਤਰੀਕ ਨੂੰ ਵੀ ਹੋ ਸਕਦੀ ਹੈ। ਬਿਲਕੁਲ ਠੀਕ ਹੈ, ਲੇਕਿਨ ਮੈਨੂੰ ਇਹ ਜ਼ਰੂਰ ਦੱਸ ਦਿਓ ਕਿ ਜਿਹੜਾ ਇਹ ਐਲਾਨ ਜੀ ਤੋਂ ਵਿਸ਼ਵਾਸ ਜੀ ਵਾਲੀ ਗੱਲ ਆ, ਇਹ ਅਚਨਚੇਤ ਕਿਉਂ ਫੁਰਨਾ ਫੁਰਿਆ? ਕੱਲ ਜਾਖੜ ਨੂੰ ਔਰ ਬਾਕੀ ਦੋਨਾਂ ਨੂੰ, ਸਿੱਧੂ ਔਰ ਚੰਨੀ ਨੂੰ ਰਾਹੁਲ ਗਾਂਧੀ ਮਿਲ ਚੁੱਕੇ ਨੇ, ਉਹਦੀ ਕੋਈ ਕਨਸੋਲ ਨਵੀਂ ਆ ਤਾਂ ਜ਼ਰੂਰ ਦੱਸਦੇ ਜਾਇਓ। ਹਜੇ ਤੱਕ ਇਹ ਗੱਲ ਸਮਝ ਨਹੀਂ ਆਈ, ਉਮੀਦ ਸੀਗੀ ਕਿ ਅੱਜ ਸਿੱਧੂ ਉਹਨਾਂ ਕੋਈ ਕਾਰਡ ਕੱਢਣਗੇ। ਜਿਹੜਾ ਚੰਨੀ ਉਹਨਾਂ ਨੇ ਅੱਜ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਸਿੱਧੂ ਉਹਨਾਂ ਦੇ ਚੁੱਕੇ ਹੋਏ ਸਵਾਲਾਂ ਦਾ ਜਵਾਬ ਜਦ ਚੰਨੀ ਉਹਨਾਂ ਤੋਂ ਪੁੱਛਿਆ ਤੇ ਉਹਨਾਂ ਨੇ ਸਿਰਫ ਇਹੀ ਕਿਹਾ, ਉਹ ਮੇਰੇ ਵੱਡੇ ਭਰਾ ਨੇ, ਮੈਂ ਉਹਨਾਂ ਦੀ ਬੜੀ ਰਿਸਪੈਕਟ ਕਰਨਾ, ਅਸੀਂ ਦੋਨੋਂ ਮਿਲ ਜੁਲ ਕੇ ਕੰਮ ਕਰਾਂਗੇ। ਯਾਨੀ ਜਿਹੜਾ ਪਾਠ ਰਾਹੁਲ ਗਾਂਧੀ ਨੇ ਚੰਨੀ ਉਹਨਾਂ ਨੂੰ, ਸਿੱਧੂ ਉਹਨਾਂ ਨੂੰ ਜਾਂ ਫਿਰ ਜਾਖੜ ਸਾਹਿਬ ਨੂੰ ਵੀ ਪੜ੍ਹਾਇਆ, ਉਸ ਪਾਠ ਦਾ ਅਸਰ ਅੱਜ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਜ਼ਰ ਤੇ ਆਇਆ। ਪਰ ਦੂਜੇ ਪਾਸੇ ਸਿੱਧੂ ਉਹਨਾਂ ਦਾ ਕੀ ਰੁੱਖ ਹੈ, ਉਹ ਹਜੇ ਤੱਕ ਸਾਫ਼ ਨਹੀਂ ਹੋ ਪਾਇਆ। ਅੱਜ ਸਿੱਧੂ ਉਹਨਾਂ ਦੀ ਕੋਈ ਇੰਪੋਰਟੈਂਟ ਅਨਾਊਂਸਮੈਂਟ ਜਾਂ ਉਹਨਾਂ ਦੀ ਕੋਈ ਗੱਲ ਹੋਣੀ ਸੀਗੀ, ਉਹ ਕਿਉਂ ਨਹੀਂ ਹੋਈ ਉਹ ਅਜੇ ਤੱਕ ਪਤਾ ਨਹੀਂ। ਪਰ ਸਿੱਧੂ ਉਹਨਾਂ ਇੱਕ ਦਿਨਾਂ ਦੇ ਵਿੱਚ ਹੀ, ਇੱਕ ਜਾਂ ਦੋ ਦਿਨਾਂ ਦੇ ਅੰਦਰ ਅੰਦਰ ਸਿੱਧੂ ਉਹਨਾਂ ਦੇ ਰੁੱਖ ਦਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ ਜਿਹੜਾ ਦਿੱਲੀ ਤੋਂ ਪਾਠ ਪੜ੍ਹ ਕੇ ਆਏ ਨੇ ਉਹ ਵਾਕਈ ਦਿੱਲੀ 'ਚ ਲੈ ਕੇ ਆਏ ਨੇ ਕਿ ਬਸ ਫਿਰ ਉਹ ਪਾਠ ਉੱਥੇ ਅਤੇ ਸਿੱਧੂ ਉਹਨਾਂ ਇੱਥੇ, ਦੇਖੋ ਕੀ ਹੁੰਦਾ। ਨਸ਼ਿਆਂ ਦੇ ਮਾਮਲੇ 'ਤੇ ਵੀ ਚੰਨੀ ਨੂੰ ਜਦੋਂ ਸਵਾਲ ਪੁੱਛਿਆ, ਬਤੌਰ ਮੁੱਖ ਮੰਤਰੀ ਚੰਨੀ ਵੈਸੇ ਕਾਫ਼ੀ ਅੱਜ ਕੱਲ੍ਹ ਵੋਕਲ ਹੋ ਗਏ, ਹਰ ਗੱਲ ਦਾ ਜਵਾਬ ਦਿੰਦੇ ਆ, ਪਰ ਇੱਥੇ ਗੋਲਮੋਲ ਜੇ ਹੋ ਗਏ, ਜ਼ਰਾ ਉਹ ਵੀ ਤਫਸੀਲ ਦੇ ਜਾਓ। ਦੇਖੋ ਉਹ ਇੱਕ ਸਿਆਣੀ ਗੱਲ ਸੀਗੀ, ਜਦ ਤੁਸੀਂ ਪੋਲੀਟੀਕਲ ਸਟੇਜ ਤੋਂ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਕੇਸ ਦਾ ਜ਼ਿਕਰ ਕਰਦੇ ਹੋ ਜੋ ਕੇਸ ਅਦਾਲਤ ਦੇ ਵਿੱਚ ਚੱਲਦਾ ਹੋਇਆ, ਹਾਲਾਂਕਿ ਰਿਪੋਰਟਾਂ ਨੂੰ ਖੋਲ੍ਹਣ ਦੀ ਗੱਲ ਹੋਏ, ਉਹਦੇ ਵਿੱਚ ਕੋਰਟ ਦੇ ਇੱਦਾਂ ਦੇ ਕੋਈ ਆਦੇਸ਼ ਨਹੀਂ ਕਿ ਇਸ ਮੁੱਦੇ ਦੇ ਉੱਤੇ ਸਰਕਾਰ ਕੁਛ ਨਹੀਂ ਕਰ ਸਕਦੀ। ਹਾਲਾਂਕਿ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਜਿਹੜਾ ਵੀ ਅਸੀਂ ਬਿਆਨ ਦਿੰਦੇ ਹਾਂ ਉਹਦਾ ਅਸਰ ਕੇਸ 'ਤੇ ਪੈਂਦਾ। ਇਹ ਜਵਾਬ ਪੂਰੇ ਤਰੀਕੇ ਨਾਲ ਸਹੀ ਨਹੀਂ ਸੀ, ਕਿਉਂਕਿ ਰਿਪੋਰਟ ਜਿਹੜੀ ਸਰਕਾਰ ਨੇ ਆਪ ਪੇਸ਼ ਕੀਤੀ ਹੈ
उस रिपोर्ट का जिक्र करना, क्योंकि कोर्ट ने किसी भी जगह शर्त नहीं रखी सी कि तुसी इस बंद लिफाफिया की रिपोर्ट नू खोल नहीं सकते। इहदे पिछे कई मजबूरियां हैगियां, वह मजबूरियां जिहड़ा पोलिटिकल सर्कल दे विच कहा जांदा है कि कुछ वड्डे अफसरां दे नां भी उन्हां लिफाफियां दे विच बंद है जिन्हां दे उत्ते इस ड्रग की गाज गिर सकती है, और जब गल खुलेगी तो बड़ा खलारा पएगा। उस खलारे तो बचण वास्ते शायद उन्हां बंद लिफाफियां नू ना खोलन की गल चन्नी साहब कर रहे ने, पर दूजे पासे वह होम मिनिस्टर की तरफ इशारा करके यह गल भी कहिंदे ने इस प्रेस कॉन्फ्रेंस दे विच कि असीं दिन रात लगे हुए हाँ, बड़ी छेती इस मसले का भी हल करांगे, क्योंकि तुहानू पता है घर घर चली गल चन्नी करदा मसले हल। इस गल का भी जिक्र उन्होंने अपनी प्रेस कॉन्फ्रेंस दे विच कीता सीगा, चन्नी करदा मसले हल, पर मसले अगे नालों वड्डे हुंदे जांदे आ, मूँह खोल के लोगों का जीना दुब्बर हुंदा जांदा, जिन्ने लोग सड़कां ते आ, जिन्ने जाम लगदे आ, जिन्नियां मुश्किलां वधदियां पईआं, जिन्नी आवाजाही आ, लोग समझदे आ किसे एक महीने दे विच सब हल हो जाणा। इहदे उत्ते जे कोई वधिया कमेटी, हाई पावर कमेटी सरदार चरणजीत सिंह चन्नी बना देंदे, सारियां धिरां नूं घट्टो घट्ट सुन लिया जांदा, सुन लिया जांदा, ਇਹ ਪ੍ਰਾਵਧਾਨ ਕਰ ਲਏ ਜਾਂਦੇ ਕਿਹੜੀਆਂ ਮੰਗਾਂ ਮੰਨੀਆਂ ਜਾ ਸਕਦੀਆਂ, ਕਿਹੜੀਆਂ ਨਹੀਂ ਮੰਨੀਆਂ ਜਾ ਸਕਦੀਆਂ। ਇੱਕ ਵਾਰੀ ਹਰੇਕ ਮਾਮਲੇ ਤੇ ਤੁਹਾਨੂੰ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖ ਦੇਣਾ ਚਾਹੀਦਾ ਕਿ ਫਲਾਣੀ ਜਥੇਬੰਦੀ ਫਲਾਂ ਜਗ੍ਹਾ ਤੇ ਜਿਹੜੀ ਬੈਠੀ ਆ ਉਹਦੀਆਂ ਆਹ ਮੰਗਾਂ ਨੇ, ਤੇ ਸਾਡੀਆਂ ਟੈਕਨੀਕਲੀ ਸੰਵਿਧਾਨਕ ਤੌਰ ਤੇ ਆਹ ਮੁਸ਼ਕਲਾਂ ਨੇ, ਸਾਡੀਆਂ ਆਰਥਿਕ ਇਹ ਮੁਸ਼ਕਲਾਂ ਨੇ। ਇਹ ਸਾਰੇ ਮਾਮਲੇ ਜੇਕਰ ਪਬਲਿਕ ਡੋਮੇਨ 'ਚ ਆ ਜਾਣ ਤਾਂ ਸਾਰਿਆਂ ਨੂੰ ਇਹ ਤਸੱਲੀ ਹੋ ਜਾਊਗੀ ਕਿ ਸੱਚਮੁੱਚ ਜੋ ਵਾਪਰ ਰਿਹਾ ਉਹਦੇ 'ਚ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਵਰਗੀ ਵੀ ਚੀਜ਼ ਹੈਗੀ ਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ।